ਪ੍ਰਿਤਕੌਰ ਹੈਲੋ ਸਟੂਡੈਂਟਸ ਮੈਂ ਅਚੰਦਰ ਪ੍ਰਿਤਕੌਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਆ ਤੁਹਾਡੇ ਆਪਣੇ YouTube ਚੈਨਲ ਸਕਾਈਲਾਈਟ ਅਕੈਡਮੀ ਤੇ ਮਾਈਕ ਲਾ ਲਿਆ ਆਪਾਂ ਦਿੱਤਾ ਹੀ ਭੁੱਲ ਗਿਆ ਅੱਜ ਚਲੋ ਹਾਂਜੀ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਠੀਕ ਹੈ ਤਾਂ ਜੋ ਜੋ ਵੀ ਕਲਾਸਿਸ ਇਸ ਚੈਨਲ ਤੇ ਪੈਂਦੀਆਂ ਰਹਿੰਦੀਆਂ ਡੇ ਟੂ ਡੇ ਤੁਹਾਨੂੰ ਉਹਨਾਂ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲ ਜਾਏਗੀ ਠੀਕ ਹੈ ਜਿਹੜੇ ਬੱਚੇ ਕਹਿੰਦੇ ਵੀ ਸਾਨੂੰ ਕਲਾਸ ਦੀ ਨੋਟੀਫਿਕੇਸ਼ਨ ਨਹੀਂ ਆਉਂਦੀ ਉਹ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣ ਚਲੋ ਜੀ ਐਂਡ ਇਹ ਸਾਡਾ ਐਪਲੀਕੇਸ਼ਨ ਹੈ ਜੀ ਇਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਠੀਕ ਹੈ ਤੇ ਜੇਕਰ ਕੋਈ ਵੀ ਪੇਡ ਕੋਰਸ ਤੁਸੀਂ ਪਰਚੇਸ ਕਰਨਾ ਚਾਹੁੰਦੇ ਆ ਤਾਂ ਇਸ ਐਪਲੀਕੇਸ਼ਨ ਨੂੰ ਪਲੇ ਸਟੋਰ ਤੋਂ ਇਨਸਟਾਲ ਕਰ ਸਕਦੇ ਆ ਠੀਕ ਹੈ ਤੇ ਕੋਈ ਵੀ ਪੇਡ ਕੋਰਸ ਤੁਸੀਂ ਪਰਚੇਸ ਵੀ ਕਰ ਸਕਦੇ ਆ ਐਂਡ ਇਹ ਸਾਡਾ ਕੰਟੈਕਟ ਨੰਬਰ ਹੈ ਜੀ ਇਸ ਨਾਲ ਤੁਸੀਂ ਸਾਡੇ ਨਾਲ ਅਨ ਕੰਟੈਕਟ ਵੀ ਕਰ ਸਕਦੇ ਆ। ਐਂਡ ਇਹ ਸਾਡਾ ਟੈਲੀਗ੍ਰਾਮ ਚੈਨਲ ਹੈ ਇਸ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਠੀਕ ਹੈ ਤਾਂ ਜੋ ਜੋ ਵੀ ਅਪਡੇਟ ਹੈਗੀ ਹੈ ਜਾਂ ਫ੍ਰੀ ਲਾਈਵ ਕਲਾਸਿਸ ਦਾ ਸ਼ੈਡਿਊਲ ਹੈਗਾ ਜਾਂ ਫ੍ਰੀ ਕੰਟੈਂਟ ਜਿਹੜਾ ਪੀਡੀਐਫ ਦੇ ਰੂਪ ਦੇ ਵਿੱਚ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦਿੱਤਾ ਜਾਂਦਾ ਤਾਂ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਠੀਕ ਹੈ ਜੀ ਚਲੋ ਅੱਜ ਬੱਚਿਆਂ ਦੀ ਡਿਮਾਂਡ ਤੇ ਆਪਾਂ ਲੈ ਕੇ ਆ ਗਏ ਆ ਜੀ ਤੁਹਾਡੇ ਵਾਸਤੇ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਫਸਟ ਫਸਟ ਕਰਵਾ ਦਿਓ ਸਾਨੂੰ ਹਨਾ ਫਸਟ ਫਸਟ ਅਰ ਅੱਜ ਫਸਟ ਕਲਾਸ ਹੀ ਹੋਣੀ ਚਾਹੀਦੀ ਆ ਫਿਰ ਦੱਬ ਕੇ ਇਹਨੂੰ ਸ਼ੇਅਰ ਕਰ ਦੇਣਾ ਕਲਾਸ ਨੂੰ ਠੀਕ ਹੈ ਤੇ ਲਾਈਕ ਵੀ ਕਰੀ ਜਾਣਾ ਨਾਲ-ਨਾਲ ਮਨਪ੍ਰੀਤ ਕੌਰ ਜੀ ਵਾਇਸ ਆ ਨਹੀਂ ਰਹੀ ਵਾਇਸ ਆ ਤਾਂ ਰਹੀ ਹੈ ਜੀ ਆ ਰਹੀ ਹੈ ਵਾਇਸ ਤੁਸੀਂ ਆਪਣੇ ਫੋਨ ਦੀ ਆਵਾਜ਼ ਵਧਾ ਲਓ ਹਾਂਜੀ ਪੁਨੀਤ ਸਿਆਗ ਮਨਪ੍ਰੀਤ ਕੌਰ ਮੁਸਕਾਨ ਸਟਾਰ ਪਰਮਜੀਤ ਅਮਨ ਸ਼ਰਮਾ ਮਨਪ੍ਰੀਤ ਕੌਰ ਗੁਰੀ ਮੀਨਾ ਰਾਣੀ ਰਜਮੀਤ ਥੇਂਦ ਅਮਨਦੀਪ ਸੰਤੋਸ਼ ਹਾਂ ਅੱਜ ਤੁਮਾ ਕਾ ਹੋਣਾ ਚਾਹੀਦਾ ਰਜਮੀਤ ਮੁਸਕਾਨ ਸਟਾਰ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਬੱਚੇ ਕਲਾਸ ਨੂੰ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਠੀਕ ਹੈ ਤੇ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਆ ਜੀ ਕਰੋ ਬਈ ਆਨਸਰ ਫਰਸਟ ਕੁਐਸਚਨ ਬੜੇ ਸਿੰਪਲ ਜੇ ਕੁਐਸਚਨ ਹੈ ਅੱਜ ਠੀਕ ਹੈ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਸਿੰਪਲ ਜਿਹਾ ਕੁਐਸਚਨ ਹੈ ਔਰ ਆਪਣੇ ਕੁਐਸਚਨ ਕਰਨ ਦਾ ਅੱਜ ਜਿਹੜਾ ਤਰੀਕਾ ਰਹੂਗਾ ਤਰੀਕਾ ਵੀ ਸੁਣ ਲਓ ਪਹਿਲਾਂ ਠੀਕ ਹੈ ਪਹਿਲਾਂ ਤੁਸੀਂ ਆਨਸਰ ਹੀ ਕਰ ਲਓ ਚਲੋ ਅਮਨ ਸ਼ਰਮਾ ਬਿਲਕੁਲ ਸਹੀ ਆਨਸਰ ਹੈ ਬੱਚੇ ਥੈਂਕ ਯੂ ਸੁਲਵਿੰਦਰ ਸਿੰਘ ਸ਼ੇਅਰ ਕਰ ਦਿੱਤੀ ਤਾਂ ਜਸਵਿੰਦਰ ਰਮਨ ਪਰਮਜੀਤ ਸਵਰਨ ਸਿੰਘ ਕੀਰਤੀ ਐਸ ਕੇ ਬਿਲਕੁਲ ਸਹੀ ਹੈ ਜੀ ਪੁਨੀਤ ਸਿਆਗ ਬਿਲਕੁਲ ਸਹੀ ਹੈ ਬੱਚੇ ਆਪਸ਼ਨ ਏ ਹੋ ਜਾਏਗਾ ਜੀ ਦੇਖੋ ਹੁਣ ਸਮਝੋ ਧਿਆਨ ਨਾਲ ਸਭ ਤੋਂ ਪਹਿਲਾਂ ਆਪਾਂ ਹਰੇਕ ਕੁਐਸਚਨ ਅੱਜ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਕੁਐਸਚਨ ਦਾ ਲਿਖਣਾ ਹੈ ਜੀ ਆਰਟੀਕਲ ਕਿਉਂਕਿ ਇੱਥੇ ਰਾਸ਼ਟਰਪਤੀ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਰਾਸ਼ਟਰਪਤੀ ਦਾ ਆਰਟੀਕਲ ਲਿਖ ਲੈਣਾ ਹੈ ਠੀਕ ਹੈ ਆਰਟੀਕਲ 52 ਸੈਕਿੰਡ ਨੰਬਰ ਤੇ ਆਪਾਂ ਲਿਖਣਾ ਹੈ ਜੀ ਫਸਟ ਕੌਣ ਸੀ ਤਾਂ ਫਸਟ ਆਪਾਂ ਕਰ ਹੀ ਚੁੱਕੇ ਹੈਗੇ ਆ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਫਿਰ ਆਪਾਂ ਲਿਖਣਾ ਫਸਟ ਡਾਕਟਰ ਰਜਿੰਦਰ ਪ੍ਰਸਾਦ ਔਰ ਨਾਲ-ਨਾਲ ਤੁਸੀਂ ਆਪਦੀ ਕਾਪੀ ਪੈਨ ਜਿਹੜਾ ਹੈਗਾ ਉਹਦੇ ਕੋਲੇ ਰੱਖਣਾ ਹੈ ਅੱਜ ਨਾਲ-ਨਾਲ ਨੋਟ ਕਰਦੇ ਰਹਿਣਾ ਠੀਕ ਹੈ ਚਲੋ ਜੀ ਉਸ ਤੋਂ ਬਾਅਦ ਆਪਾਂ ਲਿਖਣਾ ਹੈ ਕਿ ਪ੍ਰੈਜ਼ੈਂਟ ਵਰਤਮਾਨ ਸਮੇਂ ਕੌਣ ਹੈ ਵਰਤਮਾਨ ਸਮੇਂ ਕੌਣ ਹੈ ਤਾਂ ਵਰਤਮਾਨ ਸਮੇਂ ਹੈ ਜੀ ਦ੍ਰੋਪਤੀ ਮੁਰਮੂ ਦ੍ਰੋਪਤੀ ਮੁਰਮੂ ਠੀਕ ਹੈ ਔਰ ਇੱਕ ਚੀਜ਼ ਹੋਰ ਨਾਲ-ਨਾਲ ਨੋਟ ਕਰੀ ਜਾਣੀ ਹੈ ਫਿਰ ਆਪਾਂ ਇਹ ਚੀਜ਼ ਲਿਖਣੀ ਹੈ ਵੀ ਦ੍ਰੋਪਤੀ ਮੁਰਮੂ ਕਿੰਵੇਂ ਨੰਬਰ ਦੀ ਰਾਸ਼ਟਰਪਤੀ ਹੈ ਠੀਕ ਹੈ नंबरवे नंबर पंदर्वे नंबर राष्ट्रपति बनी है द्रौपदी मुर्मू ठीक है पहली महिला राष्ट्रपति कौन सी पहली महिला राष्ट्रपति पहली महिला राष्ट्रपति प्रतिभा देवी पाटिल ਅੱਜ ਦਾ ਜਿਹੜਾ ਆਪਣੇ ਕੁਐਸਚਨ ਕਰਨ ਦਾ ਤਰੀਕਾ ਰਹੂਗਾ ਬੜਾ ਹੀ ਆਸਾਨ ਜਾਏ ਹਰੇਕ ਕੁਐਸਚਨ ਦੇ ਵਿੱਚ ਆਪਾਂ ਤਿੰਨ ਤੋਂ ਚਾਰ ਗੱਲਾਂ ਡਿਸਕਸ ਕਰਨੀਆਂ ਸਭ ਤੋਂ ਪਹਿਲੀ ਗੱਲ ਆਪਾਂ ਡਿਸਕਸ ਕਰਨੀ ਹੈ ਹਰੇਕ ਕੁਐਸਚਨ ਨਾਲ ਸੰਬੰਧਿਤ ਆਰਟੀਕਲ ਕਲੀਅਰ ਹੈ ਇਹਦੇ ਨਾਲ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਤਰੀਕੇ ਨਾਲ ਹੋ ਜਾਣੀ ਹੈ ਬੱਚੇ ਠੀਕ ਹੈ ਕੁਐਸਚਨ ਸਿਰਫ 12 ਐ ਕੁਐਸਚਨ ਅੱਜ ਸਿਰਫ 12 ਐ ਬਟ ਜੇ ਮੈਂ ਚਾਹਾਂਦੀ ਤਾਂ 24 ਕੁਐਸਚਨ ਵੀ ਬਣਾ ਸਕਦੀ ਸੀ 50 ਕੁਐਸਚਨ ਵੀ ਬਣਾ ਸਕਦੀ ਸੀ ਕਿਉਂਕਿ ਮੈਂ ਲੇਡੀਜ਼ ਵਾਲੇ ਅਲੱਗ ਬਣਾ ਦਿੰਦੀ ਕਿ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਹੈ ਸ਼ਾਇਦ ਦੂਜਾ ਕੁਐਸਚਨ ਤੁਹਾਨੂੰ ਇਹ ਦੇਖਣ ਨੂੰ ਮਿਲਦਾ ਹੈ ਹਨਾ ਜਾਂ ਵਰਤਮਾਨ ਕੌਣ ਹੈ ਤੀਜਾ ਕੁਐਸਚਨ ਇਹ ਦੇਖਣ ਨੂੰ ਮਿਲਦਾ ਬਟ ਆਪਾਂ 12 ਕੁਐਸਚਨਾਂ ਦੇ ਵਿੱਚ ਹੀ ਪੂਰੀ ਇਨਫੋਰਮੇਸ਼ਨ ਕਲੈਕਟ ਕਰ ਲੈਣੀ ਹੈ ਠੀਕ ਹੈ ਕਿਉਂਕਿ ਹਰੇਕ ਕੁਐਸਚਨ 'ਚ ਆਪਾਂ 4 ਪੁਆਇੰਟ ਕਰਨੇ ਆ ਆਰਟੀਕਲ ਫਸਟ ਕੌਣ ਸੀ ਵਰਤਮਾਨ ਕੌਣ ਹੈ ਔਰ ਕਿੰਵੇਂ ਨੰਬਰ ਦਾ ਹੈ ਔਰ ਪਹਿਲੀ ਮਹਿਲਾ ਕੌਣ ਸੀ ਕਲੀਅਰ ਹੈ ਜੀ ਤੋ ਇਸ ਤਰੀਕੇ ਨਾਲ ਤੁਸੀਂ ਆਪਣੀ ਨੋਟਬੁੱਕ ਤੇ ਨੋਟਸ ਬਣਾ ਲੈਣੇ ਆ ਅੱਜ ਵਾਲੀ ਕਲਾਸ ਦੇ ਚਲੋ ਨੈਕਸਟ ਕੁਐਸਚਨ ਹੈ ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਕੌਣ ਸੀ ਕਲਾਸ ਨੂੰ ਸ਼ੇਅਰ ਕਰ ਦੋ ਬਈ ਜਲਦੀ ਜਲਦੀ ਥੈਂਕ ਯੂ ਕੀਰਤੀ SK ਜੀ ਕਲਾਸ ਨੂੰ ਸ਼ੇਅਰ ਕਰ ਦੋ ਜਲਦੀ ਜਲਦੀ ਤੇ ਲਾਈਕ ਵੀ ਕਰ ਦੇਣਾ ਅੱਜ ਵਾਲੀ ਕਲਾਸ ਨੂੰ ਤੇ ਆਪਸ਼ਨ ਜਿਹੜੇ ਹੈਗੇ ਤੁਹਾਡੇ ਸਾਹਮਣੇ ਆ ਕਰੋ ਬਈ ਆਨਸਰ ਬਿਲਕੁਲ ਸਹੀ ਹੈ ਆਪਸ਼ਨ ਡੀ ਮਨਪ੍ਰੀਤ ਮੁਸਕਾਨ ਵਿੱਕੀ ਕੰਬੋਜ ਸਵਰਨ ਸਿੰਘ ਗੁਰੀ ਗੁਲਾਬ ਅਮਨ ਸ਼ਰਮਾ ਸਲਵਿੰਦਰ ਮੁਸਕਾਨ ਸਟਾਰ ਬਿਲਕੁਲ ਸਹੀ ਹੈ ਬੱਚੇ ਆਪਸ਼ਨ ਆ ਜਾਏਗਾ ਜੀ ਡੀ ਡੀ ਆਨਸਰ ਬਿਲਕੁਲ ਸਹੀ ਹੈ ਆਰਟੀਕਲ ਕਿਹੜਾ ਹੈ ਉਪ ਰਾਸ਼ਟਰਪਤੀ ਦਾ ਆਰਟੀਕਲ ਦੱਸੋ ਬਈ ਉਪ ਰਾਸ਼ਟਰਪਤੀ ਦਾ ਆਰਟੀਕਲ ਦੱਸਣਾ 63 ਨੰਬਰ ਆਰਟੀਕਲ ਠੀਕ ਹੈ ਸੈਕਿੰਡ ਪਹਿਲਾ ਕੌਣ ਸੀ ਫਸਟ राधा कृष्णन ठीक है <coughs> वर्तमान कौन है वर्तमान समय वर्तमान समय है जी जगदीप धंकड़ जगदीप धंकड़ ठीक है कितने नंबर दे चौदह नंबर दे है। है? नंबर दे है, गया है क्लियर है जी ਤੋ ਆਰਟੀਕਲ 63 ਹੋ ਜਾਏਗਾ ਵਾਈਸ ਪ੍ਰੈਜ਼ੀਡੈਂਟ ਦਾ ਉਪ ਰਾਸ਼ਟਰਪਤੀ ਦਾ ਫਸਟ ਸਰਵਪੱਲੀ ਰਾਧਾ ਕ੍ਰਿਸ਼ਨਨ ਵਰਤਮਾਨ ਸਮੇਂ ਜਗਦੀਪ ਦੰਕੜ ਹੈ 14 ਨੰਬਰ ਦੇ ਇਹ ਹੈਗੇ ਆ ਉਪ ਰਾਸ਼ਟਰਪਤੀ ਕਲੀਅਰ ਹੈ ਸਾਰਿਆਂ ਨੂੰ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਨੋਟਸ ਨਾਲ ਨਾਲ ਬਣਾਈ ਜਾਣੇ ਆ ਤੁਸੀਂ ਠੀਕ ਹੈ ਅੱਜ ਵਾਲੀ ਕਲਾਸ ਦੇ ਇੱਕ ਇੱਕ ਪੁਆਇੰਟ ਲਿਖਣਾ ਬਹੁਤ ਇੰਪੋਰਟੈਂਟ ਹੈ ਹਰੇਕ ਐਗਜ਼ਾਮ ਦੇ ਲਈ ਹੀ ਇੰਪੋਰਟੈਂਟ ਆ ਅੱਜ ਵਾਲੀ ਕਲਾਸ ਨੈਕਸਟ ਕੁਐਸਚਨ ਹੈ ਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਪੀਐਮ ਪਹਿਲੇ ਪੀਐਮ ਦੱਸ ਦੇਣਾ ਹੈ ਵੀ ਕੌਣ ਸਨ ਕਰੋ ਬਈ ਆਨਸਰ ਤੇ ਸ਼ੇਅਰ ਕਰੋ ਕਲਾਸ ਨੂੰ ਐ ਗੱਲ ਨਹੀਂ ਬੰਨਨੀ ਤੁਹਾਡੇ ਹੱस्ते ਮਿਹਨਤ ਕਰੀ ਦੀ ਹਰ ਇੱਕ ਕਲਾਸ ਲਈ ਸਵੀਨਾ ਰਜਨੀ ਵਿੱਕੀ ਕੰਬੋਜ ਪੁਨੀਤ ਸਿਆਦ ਮੁਸਕਾਨ ਸਟਾਰ ਬੀਨਾ ਰਾਣੀ ਗੁਰੀ पूनम गुड मॉर्निंग जी रिंकू प्रनीत बिल्कुल सही है बच्चे ऑप्शन बी आ जाएगा जी जवाहरलाल नेहरू ठीक है आर्टिकल लिखना है बच्चे सबसे पहले आपा आर्टिकल ਦਾ ਕੰਮ ਨਿਬੇੜ ਦੇਣਾ 75 पीएम ਨਾਲ ਸੰਬੰਧਿਤ ਆਰਟੀਕਲ 75 ਠੀਕ ਹੈ ਫਰਸਟ ਕੌਣ ਸਨ ਫਰਸਟ ਸੰਜੀ जवाहरलाल नेहरू ਠੀਕ ਹੈ ਵਰਤਮਾਨ ਵਰਤਮਾਨ ਤਾਂ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਵਰਤਮਾਨ ਨਰਿੰਦਰ ਮੋਦੀ 14 ਨੰਬਰ ਦੇ 14 ਨੰਬਰ ਦੇ ਠੀਕ ਹੈ ਜੀ ਐਂਡ ਨੈਕਸਟ ਪਹਿਲੀ ਮਹਿਲਾ ਪਹਿਲੀ ਮਹਿਲਾ ਪੀਐਮ ਕਰੋ ਬਈ ਆਨਸਰ ਨਾਲ ਨਾਲ 인드ਰਾ ਗਾਂਧੀ ਹਰੇਕ ਕੁਐਸਚਨ ਦੇ 4 ਪੁਆਇੰਟ ਆਈ ਹੋਪ ਤੁਹਾਨੂੰ ਸਮਝ ਆ ਰਹੇ ਹੋਣਗੇ ਬਿਲਕੁਲ ਸਹੀ ਹੈ ਹਾਂਜੀ ਤਾਂ ਆਰਟੀਕਲ ਯਾਦ ਰੱਖਣਾ ਹੈ 75 ਨਾਲ ਨਾਲ ਤੁਹਾਨੂੰ ਆਰਟੀਕਲ ਵੀ ਰਿਵਾਈਜ਼ ਹੋ ਰਿਹਾ ਹੈ ਠੀਕ ਹੈ ਪ੍ਰਧਾਨ ਮੰਤਰੀ ਫਸਟ ਜਵਾਹਰ ਲਾਲ ਨਹਿਰੂ ਸੀ ਵਰਤਮਾਨ ਨਰਿੰਦਰ ਮੋਦੀ ਹੈ 14 ਨੰਬਰ ਦੇ ਹੈਗੇ ਪਹਿਲੀ ਮਹਿਲਾ ਪੀਐਮ ਇੰਦਰਾ ਗਾਂਧੀ ਸੀਗੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕਲੀਅਰ ਹੈ ਜੀ ਚਲੋ ਨੈਕਸਟ ਕੁਐਸਚਨ ਹੈ ਭਾਰਤ ਦੇ ਪਹਿਲੇ ਲੋਕ ਸਭਾ ਦੇ ਸਪੀਕਰ ਕੌਣ ਸਨ भारत के पहले लोग सभा थैंक यू सो मच सलविंदर शेयर करो बी लाइक करना बन गणेश वासुदेव मावलंकर बिल्कुल सही है करमप्रीत मुस्कान स्टार रमन गुलाब संतोष अमन शर्मा स्वर्ण सिंह बिल्कुल सही है जी ऑप्शन ए सारे ਬੱਚਿਆਂ ਦਾ ਬਿਲਕੁਲ ਸਹੀ ਹੈ ਗਣੇਸ਼ ਵਾਸੂਦੇਵ ਮਾਵਲੰਕਰ ਠੀਕ ਹੈ ਆਰਟੀਕਲ ਆਰਟੀਕਲ 93 ਨੰਬਰ ਆਰਟੀਕਲ ਸਪੀਕਰ ਦਾ ਆਰਟੀਕਲ ਠੀਕ ਹੈ ਜੀ ਫਸਟ ਕੌਣ ਸੀ ਫਸਟ ਆਪਾਂ ਲਿਖ ਹੀ ਦਿੱਤਾ ਹੈ ਇੱਧਰ ਆਪਾਂ ਇਹਦਾ ਤੀਰ ਬਣਾ ਦਿੰਦੇ ਹਾਂ ਕਿ ਫਸਟ ਗਣੇਸ਼ ਵਾਸੂਦੇਵ ਮਾਵਲੰਕਰ ਸੀ ਵਰਤਮਾਨ ਸਮੇਂ ਕੌਣ ਹੈ ਵਰਤਮਾਨ ਓਮ ਬਿੜਲਾ ओम बिड़ला ठीक है जी किन्ने नंबर ਦੇ ਹੈ ਇਹ 17ਵਾਂ ਨੰਬਰ 17 ਨੰਬਰ ਦੇ ਹੈਗੇ ਆ ਇਹ ਠੀਕ ਹੈ ਜੀ ओम बिड़ला 17ਵੇਂ ਨੰਬਰ ਤੇ ਹੈਗੇ ਆ ਸਪੀਕਰ ਬਿਲਕੁਲ ਪਹਿਲੀ ਮਹਿਲਾ ਸਪੀਕਰ ਪਹਿਲੀ ਮਹਿਲਾ ਸਪੀਕਰ ਕੌਣ ਸੀ मीरा कुमार ਯਾਦ ਰੱਖ ਲੈਣਾ ਜੀ मीरा कुमार क्लियर है तो फोर क्लियर हो गए जी <coughs> मीरा कुमार बिल्कुल सही है आर्टिकल नाइन थ्री नंबर आर्टिकल स्पीकर लोकसभा स्पीकर आर्टिकल ठीक है एंड फर्स्ट सी गणेश वासुदेव मावलंकर वर्तमान समय है ओम बिरला जी सतारवें नंबर दे है ठीक है, है पहली महिला स्पीकर सी मीरा कुमार क्लियर है जी चलो नेक्स्ट क्वेश्चन है बच्चे भारत दे पहले मुख्य न्यायाधीश कौन सन ਐਕਚੁਅਲੀ ਇਹਨੂੰ ਮੈਂ ਥੋੜਾ ਸੋਖਾ ਕਰ ਦਿੰਨੀ ਆ ਭਾਰਤ ਦੇ ਪਹਿਲੇ ਸੀਜੀਆਈ ਸੀਜੀਆਈ ਹੁੰਦਾ ਹੈ ਸੁਪਰੀਮ ਕੋਰਟ ਦਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਇਹਦੀ ਫੁੱਲ ਫਾਰਮ ਹੈ ਮੁੱਖ ਨਿਆਇਦਿਸ਼ ਠੀਕ ਹੈ ਭਾਰਤ ਦੇ ਪਹਿਲੇ ਮੁੱਖ ਨਿਆਇਦਿਸ਼ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਆਪਸ਼ਨ ਸੀ ਬਿਲਕੁਲ ਸਹੀ ਹੈ ਮੁਸਕਾਨ ਰਮਨ ਥੈਂਕ ਯੂ ਸੰਤੋਸ਼ ਬਿਸ਼ਨੋਈ ਜੀ ਗੁਲਾਬ ਸਿੰਘ ਮੁਸਕਾਨ ਸਟਾਰ ਗੁਰੀ ਢੱਲੋ ਸਾਹਿਬ ਬਿਲਕੁਲ ਸਹੀ ਹੈ ਬੱਚੇ ਆਨਸਰ ਸਾਰੇ ਬੱਚਿਆਂ ਦਾ ਸਾਰੇ ਬੱਚਿਆਂ ਦਾ ਆਨਸਰ ਸਹੀ ਹੈ ਜੀ অপਸ਼ਨ ਸੀ ਹੀਰਾ ਲਾਲ ਜੇ ਕਾਨੀਆਂ ਬਿਲਕੁਲ ਸਹੀ ਹੈ ਜੀ ਹੀਰਾ ਲਾਲ ਜੇ ਕਾਨੀਆਂ ਠੀਕ ਹੈ ਆਰਟੀਕਲ ਆਰਟੀਕਲ 124 ਆਰਟੀਕਲ 124 ਸੁਪਰੀਮ ਕੋਰਟ ਦਾ ਠੀਕ ਹੈ ਜੀ ਨੈਕਸਟ ਫਰਸਟ ਕੌਨ ਸਨ ਫੱਟ ਸਨ ਜੀ ਹੀਰਾ ਲਾਲ ਜੇ ਕਾਨੀਆਂ ਠੀਕ ਐ ਮੈਂ ਦੁਬਾਰਾ ਸਿਰ ਲਿਖ ਦਿੰਨੀ ਆ ਕਿਉਂ ਕਿ ਤੁਹਾਨੂੰ ਇਹਦੇ ਨਾਲ ਰਿਵਾਈਜ਼ ਹੁੰਦਾ ਰਹੇ ਠੀਕ ਐ ਹੀਰਾ ਲਾਲ ਜੇ ਕਾਨੀਆਂ ਪਹਿਲੇ ਕੌਣ ਸਨ ਵਰਤਮਾਨ ਕੌਣ ਹਨ ਪਹਿਲੇ ਤਾਂ ਲਿਖ ਲਿਆ ਆਪਾਂ ਵਰਤਮਾਨ ਵਰਤਮਾਨ ਲਿਖ ਲੈਣਾ ਜੀ ਵਰਤਮਾਨ ਹਨ ਡੀ ਵਾਈ ਚੰਦਰ ਚੋੜ DY ਚੰਦਰ ਚੂੜ ਇਹ ਹਨ ਜੀ ਪਹਿਲੇ ਠੀਕ ਹੈ ਵਰਤਮਾਨ ਸੌਰੀ ਮੈਂ ਵਾਰੀ ਵਾਰੀ ਪਹਿਲੇ ਬੋਲ ਦਿੰਨੀ ਆ ਪਹਿਲੇ ਸਨ ਹੀਰਾ ਲਾਲ ਜੇ ਕਾਨੀਆ ਠੀਕ ਹੈ ਪਹਿਲਾਂ ਮੈਂ ਆਪਦੇ ਆਪ ਦੀ ਕਨਫਿਊਜ਼ਨ ਦੂਰ ਕਰਾਂ ਪਹਿਲੇ ਸਨ ਹੀਰਾ ਲਾਲ ਜੇ ਕਾਨੀਆ ਵਰਤਮਾਨ ਹਨ DY ਚੰਦਰ ਚੂੜ ਕਿੰਵੇਂ ਨੰਬਰ ਦੇ ਆ ਇਹ ਤਾਂ ਇਹ ਹੈਗੇ ਆ ਜੀ 50 ਨੰਬਰ ਦੇ 50th ਨੰਬਰ ਦੇ ਹੈਗੇ ਆ DY ਚੰਦਰ ਚੂੜ ਕਲੀਅਰ ਹੈ ਬੱਚੇ वूमेन ਫਰਸਟ ਦੱਸ ਦਿੰਨੇ ਆ ਜੀ ਕਰਮਪ੍ਰੀਤ ਕੌਰ ਜੀ ਕਹਿ ਰਹੇ ਹਨ ਵੂਮਨ ਫਰਸਟ ਦੱਸੋ ਤਾਂ ਵੂਮਨ ਫਰਸਟ ਲਾਓ ਜੀ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਮਹਿਲਾ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਕੋਈ ਨਹੀਂ ਹੈ ਪਹਿਲੀ ਮਹਿਲਾ ਸੀਜੀਆਈ ਕੋਈ ਨਹੀਂ ਹੈ ਇਹਦੇ ਚ ਕਨਫਿਊਜ਼ ਨਹੀਂ ਹੋਣਾ ਕਿਉਂਕਿ ਤੁਹਾਡੇ ਪੇਪਰ ਦੇ ਵਿੱਚ ਬੜੀ ਵਾਰੀ ਕਨਫਿਊਜ਼ ਕਰਨ ਲਈ ਇਹ ਗੱਲ ਪਾ ਦਿੰਦੇ ਆ ਕਿ ਚੀਫ ਜਸਟਿਸ ਆਫ ਇੰਡੀਆ ਪਹਿਲੀ ਮਹਿਲਾ ਕੌਣ ਸੀ ਠੀਕ ਹੈ ਤੇ ਆਨਸਰ ਵੀ ਤੁਹਾਨੂੰ ਉਹੋ ਜਿਹਾ ਹੀ ਦੇ ਦਿੰਦੇ ਆ ਜਿਹੜੇ ਕਿ ਹੁਣ ਕਈ ਬੱਚੇ ਆਨਸਰ ਲਿਖ ਵੀ ਰਹੇ ਹੋਣਗੇ ਹਾਂ ਲਿਖ ਰਹੇ ਹੈ ਨਾ ਫਾਤਿਮਾ ਬੀਬੀ ਬਿਲਕੁਲ ਇਹ ਆਨਸਰ ਵੀ ਦੇ ਦਿੰਦੇ ਆ ਬਟ ਨਹੀਂ ਪਹਿਲੀ ਮਹਿਲਾ ਕੌਣ ਕੋਈ ਵੀ ਨਹੀਂ ਠੀਕ ਹੈ 2028 ਦੇ ਵਿੱਚ ਬਣੂਗੀ ਹੁਣ ਤੱਕ ਕੋਈ ਨਹੀਂ ਗਈ ਬਿਲਕੁਲ ਸੀਜੀਆਈ ਕੋਈ ਨਹੀਂ ਗਈ ਠੀਕ ਹੈ ਜੀ ਮਹਿਲਾ ਹੁਣ ਤੱਕ ਬਣੀ ਨਹੀਂ ਜਿਹੜੇ ਤਿੰਨ ਕੁਐਸਚਨ ਆ ਜੀ ਤੇ ਤੁਸੀਂ ਹਮੇਸ਼ਾ ਕਨਫਿਊਜ਼ ਹੁੰਨੇ ਆ ਠੀਕ ਹੈ ਪਹਿਲਾ ਮੂਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਵ ਸਨ ਦੱਸੋ ਤੁਹਾਡੇ ਕੋਈ ਕੁਸ਼ਨ ਰੋਡ ਪੁੱਛਿਆ ਕਰਨਾ ਮੈਂ ਮੂਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਵ ਸਨ ਦੱਸੋ ਭਾਈ ਕਲਾਸ ਨੂੰ ਸ਼ੇਅਰ ਨਹੀਂ ਕਰ ਰਹੇ ਤੁਸੀਂ ਸ਼ੇਅਰ ਕਰੋ ਭਾਈ ਐਂ ਗੱਲ ਨਹੀਂ ਬੰਨੀ 0 ਬਿਲਕੁਲ ਬਿਲਕੁਲ ਸਹੀ ਹੈ ਵੈਰੀ ਗੁੱਡ ਕਲਾਸ ਨੂੰ ਸ਼ੇਅਰ ਕਰੋ ਭਾਈ ਜਲਦੀ ਐਂਡ ਲਾਈਕ ਕਰੋ ਸਾਰੇ ਬੱਚੇ ਫਿਰ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆਂ ਲਾਈਕ ਕਰੋ ਸਾਰਿਆਂ ਨੇ ਪਲੀਜ਼ ਤੁਹਾਡੇ ਵਾਸਤੇ ਇਨੀ ਮਿਹਨਤ ਕਰੀ ਦੀ ਆ ਅਲੱਗ-ਅਲੱਗ ਟੌਪਿਕ ਤੇ ਲੈ ਕੇ ਆਈਦੇ ਆ ਠੀਕ ਹੈ ਹਾਂਜੀ ਤਾਂ ਇੱਕ ਬੱਚਾ ਉੱਪਰ ਲਿਖ ਰਿਹਾ ਫਾਤਿਮਾ ਬੀਬੀ ਫਾਤਿਮਾ ਬੀਬੀ ਸੀਧੀ ਫਾਤਿਮਾ ਬੀਬੀ ਸੀ ਠੀਕ ਹੈ ਹਾਂ ਫਿਰ ਲਿਖ ਰਿਹਾ ਜਮੀਤ ਥੰਦ ਬੱਚੇ ਸੀਜੀਆਈ ਤੇ ਫਰਸਟ ਜੱਜ ਇਹਨਾਂ 'ਚ ਫਰਕ ਹੁੰਦਾ ਤੀਜੀ ਆਈ ਸਿਰਫ ਇੱਕ ਹੁੰਦਾ ਠੀਕ ਹੈ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਦਾ ਇੱਕ ਹੁੰਦਾ ਚੀਫ ਜਸਟਿਸ ਆਫ ਇੰਡੀਆ ਠੀਕ ਹੈ ਜੱਜ ਕਿੰਨੇ ਹੁੰਦੇ ਆ ਕਿਉਂਕਿ ਆਪਾਂ ਪੜ੍ਹਦੇ ਆ ਨਾ 1 33 ਜੱਜ 33 ਅਦਰ ਜੱਜ ਹੁੰਦੇ ਆ ਤਾਂ ਫਾਤੀਮਾ ਬੀਬੀ ਜੱਜ ਸੀ ਪਹਿਲੀ ਮਹਿਲਾ ਜੱਜ ਸੀ ਸੁਪਰੀਮ ਕੋਰਟ ਦੀ ਉਹ ਮੁੱਖ ਜੱਜ ਨਹੀਂ ਸੀ ਮੁੱਖ ਜੱਜ ਵੀ ਨਹੀਂ ਮੁੱਖ ਨਿਆਇ ਦੀਚ ਲਿਖਦੇ ਆ ਇਹਨੂੰ ਠੀਕ ਹੈ ਤੋ ਮੁਖ ਜੱਜ ਹੁਣ ਤੱਕ ਕੋਈ ਨਹੀਂ ਬਣੀ ਜੱਜ ਬਣੀ ਹੈ ਫਾਤਿਮਾ ਬੀਬੀ ਜਿਹੜੇ ਬੱਚੇ ਲਿਖ ਰਹੇ ਆ ਤੁਹਾਡਾ ਮੈਂ ਕਨਫਿਊਜ਼ਨ ਦੂਰ ਕਰ ਦਿੰਨੀ ਆ ਫਾਤਿਮਾ ਬੀਬੀ ਠੀਕ ਹੈ ਤੋ ਉਹ ਪਹਿਲੀ ਮਹਿਲਾ ਜੱਜ ਸੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਸੀਜੀਆਈ ਨਹੀਂ ਸੀ ਦੱਸ ਦਿੱਤਾ ਕਮਲਜੀਤ ਜੀ ਫਾਤਿਮਾ ਬੀਬੀ ਕੌਣ ਸੀ ਨੋਟ ਕਰ ਲੈਣਾ ਬੱਚੇ ਹੁਣ ਇਹਦੇ 'ਚ ਕਨਫਿਊਜ਼ ਨਹੀਂ ਹੋਣਾ ਤੁਸੀਂ ਠੀਕ ਹੈ ਮੇਰੀ ਕਲਾਸ ਦਾ ਤਾਂ ਕੋਈ ਬੱਚਾ ਨਹੀਂ ਕਨਫਿਊਜ਼ ਹੋਏਗਾ ਕਿਉਂਕਿ ਇਹ ਮੈਂ ਬਹੁਤ ਵਾਰੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਪਹਿਲੀ ਸੀਜੀਆਈ ਕੋਈ ਨਹੀਂ ਬਣੀ ਹੁਣ ਤੱਕ ਮਹਿਲਾ ਠੀਕ ਹੈ ਜੱਜ ਬਣੀ ਹੈ ਚਲੋ ਨੈਕਸਟ ਕੁਐਸਚਨ ਹੈ ਭਾਰਤ ਦੇ ਪਹਿਲੇ ਮੁੱਖ ਚੋਣ ਆਯੁਕਤ ਕੌਣ ਸਨ ਇੰਗਲਿਸ਼ 'ਚ ਲਿਖ ਦੇਣੀ ਆ ਚੀਫ ਇਲੈਕਸ਼ਨ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਫਸਟ ਚੀਫ ਇਲੈਕਸ਼ਨ ਕਮਿਸ਼ਨਰ ਦਸਣਾ ਠੀਕ ਹੈ ਜੀ ਆਪਸ਼ਨ ਸੀ ਬਿਲਕੁਲ ਸਹੀ ਹੈ ਬੱਚੇ ਮੁਸਕਾਨ ਸਟਾਰ ਕਰਮਪ੍ਰੀਤ ਹਾਂਜੀ ਸਰਬਜੀਤ ਕੌਰ ਜੀ ਬਿਲਕੁਲ ਸਹੀ ਹੈ ਆਨਸਰ ਬਾਕੀ ਬੱਚੇ ਵੀ ਆਨਸਰ ਕਰੋ ਬਈ ਵੀਰਪਾਲ ਕਿਰਨ ਢਿੱਲੋ ਸਾਹਿਬ ਗਨਗੀਤ ਅਮਨਦੀਪ ਬਿਲਕੁਲ ਸਹੀ ਹੈ ਬੱਚੇ ਆਪਸ਼ਨ ਸੀ ਸੁਖਮਾਰ ਸੇਨ ਠੀਕ ਹੈ ਸੁਖਮਾਰ ਸੇਨ ਸੰਨ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਠੀਕ ਹੈ ਆਰਟੀਕਲ ਆਈ ਥਿੰਕ ਮੈਂ ਪਿਛਲੇ ਕੁਐਸਚਨ ਦਾ ਆਰਟੀਕਲ ਲਿਖਣਾ ਪੁੱਰੇ ਨਹੀਂ ਲਿਖਿਆ ਚਲੋ ਆਰਟੀਕਲ ਆਰਟੀਕਲ ਲਿਖ ਲੈਣਾ ਜੀ 324 ਨੰਬਰ ਆਰਟੀਕਲ ਹੈ ਇਲੈਕਸ਼ਨ ਕਮਿਸ਼ਨ ਦਾ ਆਰਟੀਕਲ ਹੈ ਠੀਕ ਹੈ ਜੀ 324 ਨੰਬਰ ਆਰਟੀਕਲ ਫਸਟ ਕੌਨ ਸਨ ਫਸਟ ਸਨ ਜੀ ਸੂ ਕੁਮਾਰ ਸੇਨ ਸੂ ਕੁਮਾਰ ਸੇਨ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਹਨ ਠੀਕ ਹੈ ਜੀ ਵਰਤਮਾਨ ਕੌਣ ਹਨ ਵਰਤਮਾਨ ਵਰਤਮਾਨ ਹਨ ਜੀ ਕਲਰ ਕਰ ਲੀਏ ਚੇਂਜ ਰਾਜੀਵ ਕੁਮਾਰ ਰਾਜੀਵ ਕੁਮਾਰ ਕਿੰਵੇਂ ਨੰਬਰ ਦੇ ਹੈ ਤਾਂ 25ਵੇਂ ਨੰਬਰ ਦੇ ਹੈ 25ਵੇਂ ਨੰਬਰ ਦੇ ਹੈ ਰਾਜੀਵ ਕੁਮਾਰ ਠੀਕ ਹੈ ਜੀ ਪਹਿਲੀ ਮਹਿਲਾ ਪਹਿਲੀ ਮਹਿਲਾ ਚੀਫ ਇਲੈਕਸ਼ਨ ਕਮਿਸ਼ਨਰ ਪੂਲ ਫਾਰਮ ਨਹੀਂ ਲਿਖੀ ਮੈਂ ਸ਼ਾਰਟ ਫਾਰਮ ਲਿਖਤੀ ਐ ਇਹਨੂੰ ਸਮਝ ਲੈਣਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਪਹਿਲੀ ਮਹਿਲਾ ਕੌਣ ਸੀ ਠੀਕ ਹੈ ਵੀ ਐਸ ਰਾਮਾ ਦੇਵੀ ਵੀ ਐਸ ਰਾਮਾ ਦੇਵੀ ਦੇਖੋ ਇਸ ਤਰੀਕੇ ਨਾਲ ਕਿਸੇ ਨੇ ਨਹੀਂ ਕਰਾਇਆ ਹੋਣਾ ਠੀਕ ਹੈ ਜਿਸ ਤਰੀਕੇ ਨਾਲ ਆਪਾਂ ਕਰ ਰਹੇ ਹਾਂ ਮੈਂ ਮਤਲਬ ਉਹ ਐਦਾਂ ਨਹੀਂ ਕਹਿ ਰਹੀ ਵੀ ਕੋਈ ਕਰਾ ਨਹੀਂ ਸਕਦਾ ਠੀਕ ਹੈ ਬਟ ਤੁਸੀਂ ਮਿਹਨਤ ਦੇਖਿਆ ਕਰੋ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹਰੇਕ ਦਾ ਆਰਟੀਕਲ ਲਿਖਦੇ ਹਾਂ ਠੀਕ ਹੈ ਫਿਰ ਆਪਾਂ ਲਿਖਦੇ ਹਾਂ ਵੀ ਪਹਿਲਾ ਕੌਣ ਰਿਹਾ ਵਤਮਨ ਕੌਣ ਹੈ ਕਿੰਵੇਂ ਨੰਬਰ ਦਾ ਹੈ ਪਹਿਲੀ ਮਹਿਲਾ ਕੌਣ ਸੀ ਠੀਕ ਹੈ ਤਾਂ ਇੱਕ ਕੁਐਸਚਨ ਦੇ ਮੈਂ ਪੰਜ ਕੁਐਸਚਨ ਵੀ ਬਣਾ ਸਕਦੀ ਸੀ ਬਟ ਆਪਾਂ ਇੱਕ ਕੁਐਸਚਨ ਚ ਹੀ ਨਿਬੇੜ ਦੇਣਾ ਸਾਰਾ ਠੀਕ ਹੈ ਤਾਂ ਪਹਿਲੀ ਮਹਿਲਾ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਸੀ ਵੀ ਐਸ ਰਾਮਾ ਦੇਵੀ ਸੀ ਕਲੀਅਰ ਹੈ ਬੱਚੇ ਚਲੋ ਜੀ ਆ ਕੀਰਤੀ ਐਸ ਕੇ ਕਹਿੰਦੇ ਸਹੀ ਹੈ ਕੋਈ ਨਹੀਂ ਕਰਾਉਂਦਾ ਥੈਂਕ ਯੂ ਸੋ ਮੱਚ ਤੁਸੀਂ ਲਾਈਕ ਕਰੋ ਫਿਰ ਕਲਾਸ ਨੂੰ ਬਈ ਠੀਕ ਐ ਸੈਵਨਥ ਨੰਬਰ ਕੁਐਸਚਨ ਆ ਤੁਹਾਡੇ ਸਾਹਮਣੇ ਭਾਰਤ ਦੇ ਪਹਿਲੇ ਸੰਘ ਲੋਕ ਸੇਵਾ ਅਯੋਗ ਦੇ ਚੇਅਰਮੈਨ ਕੌਣ ਸਨ ਸੰਘ ਲੋਕ ਸੇਵਾ ਅਯੋਗ ਯੂ ਪੀ ਐਸ ਸੀ ਇੰਗਲਿਸ਼ ਚ ਲਿਖ ਦਿੰਨੀ ਆ ਕਈ ਵਾਰੀ ਤੁਹਾਨੂੰ ਮੈਂ ਕਿਹਾ ਸਮਝ ਨਹੀਂ ਆਉਂਦਾ ਪਾਲੀ ਪੰਜਾਬੀ ਸੰਘ ਲੋਕ ਸੇਵਾ ਅਯੋਗ ਤਾਂ ਇਹਦੇ ਪਹਿਲੇ ਚੇਅਰਮੈਨ ਦੱਸਣਾ ਵੀ ਕੌਣ ਸਨ ਪਹਿਲੇ ਚੇਅਰਮੈਨ ਕੌਣ ਸਨ ਪਹਿਲੇ ਚੇਅਰਮੈਨ ਜੀਓਗ੍ਰਾਫੀ ਚਲਤਾ ਰਹੀਏ ਜੀ ਤੁਹਾਡੀ ਕਮਲਜੀਤ ਜੀ ਆਨਸਰ ਕਰੋ ਬਈ ਜਲਦੀ ਅੱਛਾ ਰਧਮੀ ਥੇਨ ਜੀ ਕਹਿ ਰਹਾ ਤੁਸੀਂ ਪੋਲਿਟੀ ਕਰਾਈ ਹੁੰਦੀ ਤਾਂ ਵਧੀਆ ਸੀ ਤੁਹਾਨੂੰ ਪੋਲਿਟੀ ਕਿਹਨੇ ਕਰਾਈ ਹੈ ਅੱਛਾ ਇਹ ਤਾਂ ਪੇਟ ਕੋਰਸ ਵਾਲੇ ਬੱਚੇ ਆ ਓਕੇ नो इडिया ऑप्शन ऑप्शन सी बच्चे ऑप्शन सी आऊगा जी सर रोज बारकर ठीक है सर रोज बारकर आर्टिकल, आर्टिकल है जी तीन सौ पंद्रह ठीक है आर्टिकल हैगा तीन सौ पंद्रह पहले कौन सन फर्स्ट तो वो आप ही चुके हैं सर रोज बारकर ठीक है जी वर्तमान ਵਰਤਮਾਨ ਕੌਣ ਹਨ ਤਾਂ ਡਾਕਟਰ ਮਨੋਜ ਸੋਨੀ ਡਾਕਟਰ ਮਨੋਜ ਸੋਨੀ ਇਹ ਵਰਤਮਾਨ ਹਨ ਠੀਕ ਹੈ 315 ਨੰਬਰ ਆਰਟੀਕਲ ਤਾਂ ਇਹਦੇ ਵਿੱਚ ਆਪਣੇ ਇੰਪੋਰਟੈਂਟ ਕੁਸ਼ਚਨ ਤਾਂ ਦੋ ਹੀ ਹੈ ਕਿ ਆਰਟੀਕਲ ਤੇ ਫਰਸਟ ਕੌਣ ਫਰਸਟ ਕੌਣ ਸਨ ਸਰ ਰੋਜ਼ ਬਾਰਕਰ ਪਹਿਲੇ ਸੀ ਯੂਪੀਐਸਸੀ ਦੇ ਚੇਅਰਮੈਨ ਠੀਕ ਹੈ ਜੀ ਯੂਪੀਐਸਸੀ ਦੇ ਚੇਅਰਮੈਨ ਦਾ ਅਪੁਆਇੰਟਮੈਂਟ ਕੌਣ ਕਰਦਾ ਹੈ ਅਪੁਆਇੰਟਮੈਂਟ ਕਰਦਾ ਜੀ ਪ੍ਰੈਜ਼ੀਡੈਂਟ ਠੀਕ ਹੈ ਪ੍ਰੈਜ਼ੀਡੈਂਟ ਕਰਦਾ ਆਰਟੀਕਲ 53 ਦੇ ਅੰਡਰ ਇਹਨਾਂ ਦਾ ਅਪੁਆਇੰਟਮੈਂਟ ਕਰਦਾ ਠੀਕ ਹੈ ਪ੍ਰੈਜ਼ੀਡੈਂਟ ਜਿੰਨੀਆਂ ਵੀ ਨਿਯੁਕਤੀਆਂ ਕਰਦਾ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਚਾਹੇ ਗਵਰਨਰ ਚਾਹੇ ਪ੍ਰਾਈਮ ਮਿਨਿਸਟਰ ਚਾਹੇ ਕਾਉਂਸਲ ਆਫ ਮਿਨਿਸਟਰ ਚਾਹੇ ਯੂਪੀਐਸਸੀ ਦੇ ਮੈਂਬਰਸ ਯੂਪੀਐਸਸੀ ਦਾ ਚੇਅਰਮੈਨ ਠੀਕ ਹੈ ਸਾਰਿਆਂ ਦੀ ਨਿਯੁਕਤੀ ਪ੍ਰੈਜ਼ੀਡੈਂਟ 53 ਨੰਬਰ ਆਰਟੀਕਲ ਦੇ ਅਧੀਨ ਕਰੂਗਾ ਕਿਉਂ ਕਿ ਪ੍ਰੈਜ਼ੀਡੈਂਟ ਦੀ ਹੈ ਐਗਜ਼ੀਕਿਊਟਿਵ ਪਾਵਰ ਆਰਟੀਕਲ ਨੰਬਰ 53 ਨਿਰਧਾਰਿਤ ਕਰਦਾ ਹੈ ਗੁਲਾਬ ਸਿੰਘ ਤੁਹਾਡਾ ਫਰਸਟ ਡੇ ਆ ਤੁਹਾਨੂੰ ਸਮਝ ਆ ਰਿਹਾ ਕਲਾਸ ਵਿੱਚ ਬਿਲਕੁਲ ਪ੍ਰੈਜ਼ੀਡੈਂਟ ਕਰਦਾ ਬਿਲਕੁਲ ਤਾਂ ਡਾਕਟਰ ਮਨੋਤ ਸੋਨੀ ਵਰਤਮਾਨ ਹੈਗੇ ਆ ਠੀਕ ਹੈ ਜੀ 8 ਨੰਬਰ ਕੁਐਸਚਨ ਹੈ ਭਾਰਤ ਦਾ ਪਹਿਲਾ ਅਟਾਰਨੀ ਜਨਰਲ ਇਹ ਬੜਾ ਇੰਪੋਰਟੈਂਟ ਕਨਸੈਪਟ ਆ ਤੁਹਾਡੇ ਲਈ ਅਟਾਰਨੀ ਜਨਰਲ ਕੁਲਵਿੰਦਰ ਸਿੰਘ ਜੀ ਇਹਦਾ ਯਾਦ ਰੱਖਣ ਦੀ ਲੋੜ ਨਹੀਂ ਇਹਦਾ ਤਾਂ ਵਰਤਮਾਨ ਯਾਦ ਰੱਖਣ ਦੀ ਵੀ ਨਹੀਂ ਲੋੜ ਲੇਡੀਜ਼ ਵੀ ਯਾਦ ਰੱਖਣ ਦੀ ਲੋੜ ਨਹੀਂ ਠੀਕ ਹੈ ਭਾਰਤ ਦਾ ਪਹਿਲਾ ਅਟਾਰਨੀ ਜਨਰਲ ਦੱਸਣਾ ਵੀ ਕੌਣ ਸੀ ਬਿਲਕੁਲ ਸਹੀ ਹੈ ਅਮਨ ਸ਼ਰਮਾ ਸਿਮਰਜੀਤ ਕਿਰਨ ਕੌਰ ਕਰਮਪ੍ਰੀਤ ਮਨਦੀਪ ਕੌਰ ਢਿੱਲੋ ਸਾਹਿਬ ਨਹੀਂ ਢਿੱਲੋ ਸਾਹਿਬ ਜੀ ਦਾ ਗਲਤ ਆ ਐਂਡ ਰਮਨ ਬਿਲਕੁਲ ਸਹੀ ਹੈ ਬੱਚੇ ਆਪਸ਼ਨ A ਆ ਜਾਏਗਾ ਜੀ ਐਮ ਸੀ ਸੀ ਤਲਵਾਰਡ ਠੀਕ ਹੈ ਆਪਸ਼ਨ A ਐਮ ਸੀ ਸੀ ਤਲਵਾਰਡ ਆਰਟੀਕਲ ਤੋ ਆਰਟੀਕਲ ਆਜੇਗਾ ਜੀ 76 ਨੰਬਰ ਆਰਟੀਕਲ ਮੋਸਟ ਇੰਪੋਰਟੈਂਟ ਅਟਾਰਨੀ ਜਨਰਲ ਆਰਟੀਕਲ ਯਾਦ ਰੱਖਣਾ ਤੁਸੀਂ ਹਰ ਹਾਲ ਠੀਕ ਹੈ ਮੋਸਟ ਇੰਪੋਰਟੈਂਟ ਆਰਟੀਕਲ ਹੈਗਾ ਅਟਾਰਨੀ ਜਨਰਲ ਦਾ 76 ਨੰਬਰ ਆਰਟੀਕਲ ਪਹਿਲਾ ਕੌਣ ਸੀ ਫਸਟ ਐਮ ਸੀ ਸੀਤਲਵਾੜ ਠੀਕ ਹੈ ਜੀ ਵਰਤਮਾਨ ਕੌਣ ਹੈ ਤਾਂ ਵਰਤਮਾਨ ਮੈਂ ਇੱਡਾ ਵੱਡਾ ਨਾਮ ਨਹੀਂ ਲਿਖਦੀ ਮੈਂ ਜਸਟ ਇੱਧਰ ਨੂੰ ਤੀਰ ਲਗਾ ਦਿੰਨੀ ਆ ਆਰ ਵੈਂਕਟਿਆ ਰਮਣੀ ਇਹ ਮੇਲ ਐ ਠੀਕ ਐ ਵੈਂਕਟਿਆ ਰਮਣੀ ਤੇ ਉਹਨੂੰ ਫੀਮੇਲ ਨਹੀਂ ਜਾਣ ਲੈਣਾ ਮੇਲ ਐ ਇਹ ਤਾਂ ਆਰ ਵੈਂਕਟਿਆ ਰਮਣੀ ਜਿਹੜੇ ਹੈਗੇ ਆ ਇਹ ਹੈਗੇ ਆ ਜੀ ਆਪਣੇ ਵਰਤਮਾਨ ਠੀਕ ਐ ਕਿੰਵੇਂ ਨੰਬਰ ਦੇ ਆ 16ਵੇਂ ਨੰਬਰ ਦੇ 16ਵੇਂ ਨੰਬਰ ਦੇ 16ਵੇਂ ਨੰਬਰ ਦੇ ਆ ਇਹ ਠੀਕ ਐ ਜੀ ਦੇਖੋ ਅਟਾਰਨੀ ਜਨਰਲ ਕੌਣ ਹੁੰਦਾ ਅਟਾਰਨੀ ਜਨਰਲ ਆਫ ਇੰਡੀਆ ਕੌਣ ਹੁੰਦਾ ਹੈ ਇਹ ਹੁੰਦਾ ਹੈ ਸਰਕਾਰ ਦਾ ਸਭ ਤੋਂ ਵੱਡਾ ਵਕੀਲ ਚਾਹੇ ਉਹ ਨੈਸ਼ਨਲ ਡਿਸਪਿਊਟ ਹੋਵੇ ਚਾਹੇ ਇੰਟਰਨੈਸ਼ਨਲ ਡਿਸਪਿਊਟ ਹੋਵੇ ਸਰਕਾਰ ਵੱਲੋਂ ਜਿਹੜਾ ਵਕੀਲ ਜਾਂਦਾ ਉਹ ਅਟਾਰਨੀ ਜਨਰਲ ਆਫ ਇੰਡੀਆ ਹੁੰਦਾ ਠੀਕ ਹੈ ਇਹ ਪਹਿਲਾ ਵਕੀਲ ਹੁੰਦਾ ਹੈ ਸਰਕਾਰ ਦਾ ਹਾਂ ਕਮਲਜੀਤ ਕਹਿੰਦੇ ਤਮਿਲ ਦਾ ਹੋਣਾ ਸੁਵਿਨਾ ਜੀ ਮੈਂ ਅਟਾਰਨੀ ਜਨਰਲ ਦੱਸ ਰਹੀ ਹਾਂ ਇਹ ਸਰਕਾਰ ਦਾ ਵਕੀਲ ਹੁੰਦਾ ਇਹ ਲੋਕ ਸਭਾ 'ਚ ਬੈਠਦਾ ਬਟ ਵੋਟ ਨਹੀਂ ਕਰਦਾ اٹਾਰਨੀ ਜਨਰਲ ਲੋਕ ਸਭਾ ਵਿੱਚ ਬੈਠਦਾ ਬਟ ਵੋਟ ਕਰਦਾ ਨਹੀਂ ਕਰਦਾ ਕੀ 22 ਦੇ ਕੇਸ ਤੇ ਵੋਟ ਕਰ ਸਕਦਾ اٹਾਰਨੀ ਜਨਰਲ ਨਹੀਂ ਕਰ ਸਕਦਾ ਠੀਕ ਹੈ ਬੈਠਦਾ ਜਰੂਰ ਹੈ ਲੋਕ ਸਭਾ ਦੇ ਵਿੱਚ ਕਲੀਅਰ ਹੈ ਜੀ ਚਲੋ ਨੈਕਸਟ ਕੁਐਸਚਨ ਹੈ ਫਸਟ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਸੀਏਜੀ ਸੀਏਜੀ ਕੰਟਰੋਲਰ ਆਡੀਟਰ ਜਨਰਲ अटॉर्नी जनरल दसना कंट्रोलर ऑडिटर जनरल दसना दसो भाई कौन सी ऑप्शन सी नेहा कुमारी टिल्लो साहब गणगीत गणगीत जी ਤੁਸੀਂ ਨਾਮ ਚੇਂਜ ਕਰ ਲਿਆ ਕਿ ਕੋਈ ਹੋਰ ਹੈ ਰਿੰਕੂ কিরਣ मुस्कान गुलाब ਸਿੰਘ ਸੰਤੋਸ਼ ਬਿਲਕੁਲ ਸਹੀ ਹੈ ਬੱਚੇ অপਸ਼ਨ ਸੀ ਵੀ ਨਰਹਰੀ ਰਾਓ ਠੀਕ ਹੈ ਜੀ ਸਭ ਤੋਂ ਪਹਿਲਾਂ ਕੰਮ ਨਿਬੇੜਨਾ ਹੈ ਆਰਟੀਕਲ ਦਾ ਆਰਟੀਕਲ 148 ਆਰਟੀਕਲ 148 ਸੀਏ ਜੀ ਦਾ ਆਰਟੀਕਲ ਹੈ ਫਰਸਟ ਕੌਣ ਸੀ ਫਸਟ ਸੀਗੇ ਜੀ ਐਨ ਚਲੋ ਇੱਥੇ ਲਿਖ ਦਿੰਨੇ ਆ ਫਸਟ ਵੀ ਨਰ ਹਰੀ ਰਾਓ ਠੀਕ ਹੈ ਜੀ ਇਹ ਸੀਗੇ ਫਸਟ ਵਰਤਮਾਨ ਕੌਣ ਹੈ ਵਰਤਮਾਨ ਹੈਗੇ ਜੀ ਗਰੀਸ਼ ਮੁਰਮੂ ਵਰਤਮਾਨ ਕੌਣ ਹੈ ਜੀ ਗਰੀਸ਼ ਮੁਰਮੂ ਇਹਨਾਂ ਨੂੰ ਜੀਤੀ ਮੁਰਮੂ ਵੀ ਲਿਖਿਆ ਜਾਂਦਾ ਹੈ ਜੀ ਸੀ ਮੁਰਮੂ ਵੀ ਲਿਖਿਆ ਜਾਂਦਾ ਠੀਕ ਹੈ ਹੁਣ ਤੁਸੀਂ ਦੱਸੋ ਅਟਾਰਨੀ ਜਨਰਲ ਆਫ ਇੰਡੀਆ ਤੇ ਸੀਏਜੀ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਦਾ ਅਪੁਆਇੰਟਮੈਂਟ ਕੌਣ ਕਰਦਾ ਹਾਂਜੀ ਗ੍ਰੀਸ਼ ਚੰਦਰ ਮੁਰਮੂ ਲਿਖ ਲਓ ਜੀ 14ਵੇਂ ਨੰਬਰ ਦੇ ਹੈ 14th ਨੰਬਰ ਦੇ 14 ਨੰਬਰ ਦੇ ਹੈਗੀ ਹੈ ਸੀਏਜੀ ਠੀਕ ਹੈ ਅਟਾਰਨੀ ਜਨਰਲ ਆਫ ਇੰਡੀਆ ਤੇ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਦਾ ਅਪੁਆਇੰਟਮੈਂਟ ਕੌਣ ਕਰਦਾ ਹੈ ਬਤਾਓ ਭਾਈ ਜਲਦੀ ਮੇਰਾ ਤਾਂ ਗਲਾ ਅਜ ਫਿਰ ਖਰਾਬ ਹੋ ਗਿਆ ਅਨਿਉਚੀ ਬੋਲ ਬੋਲ ਕੇ ਪਤਾ ਨਹੀਂ ਮੇਰੇ ਚ એનર્ਜੀ ਆ ਜਾਂਦੀ ਹੈ ਪੜਾਉਣ ਲੱਗਿਆਂ ਪਰ ਤੁਹਾਡੇ ਚ એનર્ਜੀ ਨਹੀਂ ਆਉਣੀ ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਓ ਪ੍ਰੈਜ਼ੀਡੈਂਟ ਬਿਲਕੁਲ ਸਾਰੇ ਬੱਚਿਆਂ ਦਾ ਬਿਲਕੁਲ ਸਹੀ ਹੈ ਪ੍ਰੈਜ਼ੀਡੈਂਟ ਠੀਕ ਹੈ ਜਾਸਗਿਰਦੀ ਪ੍ਰੈਜ਼ੀਡੈਂਟ ਮੋਦੀ ਨੀਗੇ ਚਲੋ ਇਹਨਾਂ ਦੇ ਆਰਟੀਕਲ ਤੁਸੀਂ ਜਰੂਰ ਯਾਦ ਰੱਖ ਲੈਣੇ ਆ 148 ਇੱਕ ਗੱਲ ਮੈਂ ਹੋਰ ਦੱਸਣੀ ਸੀ ਹਾਂ ਅਟਾਰਨੀ ਜਨਰਲ ਆਫ ਇੰਡੀਆ ਪਹਿਲਾ ਜੱਜ ਹੁੰਦਾ ਸਰਕਾਰ ਦਾ ਠੀਕ ਹੈ ਕੰਟਰੋਲਰ ਆਡੀਟਰ ਜਨਰਲ ਹੁੰਦਾ ਜਿਹੜਾ ਇਹ ਸਰਕਾਰ ਦਾ ਲੇਖਾ ਜੋਖਾ ਕਰਦਾ ਠੀਕ ਹੈ ਲੇਖਾ ਜੋਖਾ ਕਰਨ ਦਾ ਕੰਮ ਹੁੰਦਾ ਕੰਟਰੋਲਰ ਆਡੀਟਰ ਜਨਰਲ ਦਾ ਨੈਕਸਟ ਕੁਐਸਚਨ ਹੈ ਪੰਜਾਬ ਹਾਈ ਕੋਰਟ ਦਾ ਪਹਿਲਾ ਮੁੱਖ ਜੱਜ ਕੌਣ ਸੀ ਪੰਜਾਬ ਇਗਜ਼ਾਮਸ ਦਾ ਫੇਵਰਿਟ ਕੁਐਸਚਨ ਹੈ ਇਹ ਫੇਵਰਿਟ ਕੁਐਸਚਨ ਹੈ ਪੰਜਾਬ ਹਾਈ ਕੋਰਟ ਦਾ ਪਹਿਲਾ ਮੁੱਖ ਜੱਜ ਮੁੱਖ ਜੱਜ ਲਿਖਿਆ ਤਾਂ ਸੀ ਜੇ ਚੀਫ ਜਸਟਿਸ ਕਿਉਂਕਿ ਇਹ ਸਟੇਟ ਦਾ ਹਾਈ ਕੋਰਟ ਸਟੇਟ ਦੀ ਹੁੰਦੀ ਹੈ ਤੇ ਇਹਦੇ ਮਗਰ ਇੰਡੀਆ ਨਹੀਂ ਲਾਉਂਦੇ ਸੁਪਰੀਮ ਕੋਰਟ ਦੇ ਮਗਰ ਇੰਡੀਆ ਲਾਉਂਦੇ ਆ ਚੀਫ ਜਸਟਿਸ ਆਫ ਇੰਡੀਆ ਠੀਕ ਹੈ ਹਾਈ ਕੋਰਟ ਹੈ ਮਤਲਬ ਚੀਫ ਜਸਟਿਸ ਮੈਂ ਪਹਿਲਾ ਪੁੱਛਿਆ ਜੀ ਪਹਿਲਾ ਅਮਨ ਸ਼ਰਮਾ ਜੀ ਬਿਲਕੁਲ ਸਹੀ ਹੈ ਕਮਲਜੀਤ ਸੰਤੋਸ਼ ਬੀਨਾ ਜਗਦੀਰ ਰਿੰਕੂ ਜਸਵਿੰਦਰ ਗਨਗੀਤ ਬਿਲਕੁਲ ਸਹੀ ਹੈ ਬੱਚੇ অপਸ਼ਨ ਡੀ ਜਸਟਿਸ ਰਾਮ ਲਾਲ ਪੰਜਾਬ ਦੇ ਕੁਐਸਚਨਸ ਦਾ ਫੇਵਰਟ ਪੰਜਾਬ ਪੇਪਰ ਦਾ ਫੇਵਰਟ ਕੁਐਸਚਨ ਹੈ ਇਹ ਪਹਿਲਾ ਮੁੱਖ ਜੱਜ ਦੱਸ ਦੋ ਹਾਈ ਕੋਰਟ ਦਾ ਜਸਟਿਸ ਰਾਮ ਲਾਲ ਠੀਕ ਹੈ ਬਿਲਕੁਲ অপਸ਼ਨ ਡੀ ਹੋ ਜਾਏਗਾ ਸਭ ਤੋਂ ਪਹਿਲਾਂ ਆਰਟੀਕਲ ਤੋ ਆਰਟੀਕਲ ਸਿੰਪਲ ਜਿਹਾ ਕੰਮ ਹੈ ਜੀ ਸਪਰੀਮ ਕੋਰਟ ਦਾ ਆਰਟੀਕਲ ਆਪਾਂ ਕੀਤਾ ਸੀ 124 ਠੀਕ ਹੈ ਤਾਂ ਇੱਕ ਨੂੰ ਚੱਕ ਕੇ ਵਿਚਕਾਰ ਲਿਆਓ 214 ਇੱਕ ਟ੍ਰਿਕ ਹੋਰ ਦੱਸ ਦਿੰਨੇ ਆ 124 ਇੱਕ ਨੂੰ ਚੱਕ ਕੇ ਵਿਚਕਾਰ ਲਿਆਓ 214 ਇਹ ਸੁਪਰੀਮ ਕੋਰਟ ਦਾ ਆਰਟੀਕਲ ਹੈ ਇਹ ਹਾਈ ਕੋਰਟ ਦਾ ਆਰਟੀਕਲ ਹੈ ਦੋਨੋਂ ਚੱਕ ਇੱਕ ਨੂੰ ਚੱਕ ਕੇ ਜਮ੍ਹਾਂ ਲਾਸਟ ਤੇ ਲਿਆਓ ਪਹਿਲਾਂ ਇੱਕ ਅੱਗੇ ਸੀ ਇੱਕ ਨੂੰ ਵਿਚਕਾਰ ਲਿਆਂਦਾ ਲਾਸਟ ਤੇ ਲਿਆਂਦਾ ਯੂਨੀਅਨ ਟੈਰਿਟਰੀ ਦੀ ਹਾਈ ਕੋਰਟਸ ਯੂਨੀਅਨ ਟੈਰੀਟਰੀ ਦੀ ਹਾਈ ਕੋਰਟਸ ਤੋਂ ਤਿੰਨ ਆਰਟੀਕਲ ਯਾਦ ਹੋ ਜਾਣਗੇ 124 214 241 ਫਿਲਹਾਲ ਆਰਟੀਕਲ 214 ਦੀ ਗੱਲ ਚੱਲ ਰਹੀ ਹੈ 214 ਆਰਟੀਕਲ ਦੀ ਗੱਲ ਹੈ ਠੀਕ ਹੈ ਹਾਈ ਕੋਰਟ ਠੀਕ ਹੈ ਜੀ ਤਾਂ ਇਹ ਤਿੰਨ ਆਰਟੀਕਲ ਆਈ ਥਿੰਕ ਤੁਹਾਡੇ ਯਾਦ ਰਹਿ ਜਾਣਗੇ 124 214 ਤੇ 241 ਠੀਕ ਹੈ ਜੀ ਤਾਂ ਪਹਿਲੇ ਜਸਟਿਸ ਰਾਮ ਲਾਲ ਸੀਗੇ ਕਲੀਅਰ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਹੈ ਫਰਸਟ ਗਵਰਨਰ ਆਫ ਪੰਜਾਬ 11 ਤੇ 12 ਨੰਬਰ ਕੁਐਸਚਨ ਬੜੇ ਇਜ਼ੀ ਕੁਐਸਚਨ ਹੈ ਕਰੋ ਬਈ ਆਨਸਰ ਇਹਦਾ ਪ੍ਰੈਜ਼ੈਂਟ ਯਾਦ ਰੱਖਣ ਦੀ ਲੋੜ ਨਹੀਂ ਠੀਕ ਹੈ ਪ੍ਰੈਜ਼ੈਂਟ ਹਾਈ ਕੋਰਟ ਦਾ ਜੱਜ ਕੌਣ ਹੈ ਇਹ ਯਾਦ ਰੱਖਣ ਦੀ ਲੋੜ ਨਹੀਂ ਤੇ ਤੁਸੀਂ ਨੈਕਸਟ ਕੁਐਸਚਨ ਤੇ ਚਲੋ 11 ਨੰਬਰ ਕੁਐਸਚਨ ਫਰਸਟ ਗਵਰਨਰ ਆਫ ਪੰਜਾਬ ਗੁਰੀ ਜੀ ਮੈਂ ਦੱਸ ਦਿੰਨੀ ਆ ਸੀਜੀ ਵਾਲਾ ਕਨਸੈਪਟ ਮੈਨੂੰ ਪਤਾ ਹੈ ਬੱਚੇ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਮੈਂ ਦੁਬਾਰਾ ਰਿਪੀਟ ਕਰ ਦੂੰਗੀ ਤੁਹਾਡੇ ਦਿਮਾਗ 'ਚ ਕਨਸੈਪਟ ਬਿਠਾ ਦਾਂਗੀ ਵੀ ਸੀਜੀ ਤੇ ਸੀਜੀਜ ਕਨਫਿਊਜ਼ਿੰਗ ਹੋਣ ਆਪਸ਼ਨ ਸੀ ਗੁਲਾਬ ਸਿੰਘ ਮਾਲਵੇ ਨਹੀਂ ਜੀ ਜੈਸ ਗਿਲ ਮਨਦੀਪ ਕੌਰ ਬੀਨਾ ਰਾਣੀ ਮਾਲਵੇ ਦਾ ਜੱਟ ਬਿਲਕੁਲ ਜੀ ਗੁਰੀ ਪੁਨੀਤ ਸਿਆਲ ਥिलो ਸਾਬ ਆਪਸ਼ਨ ਸੀ ਚੰਦੂ ਲਾਲ ਮਾਧਵ ਲਾਲ ਤ੍ਰਿਵੈਦੀ ਚੰਦੂ ਲਾਲ ਮਾਧਵ ਲਾਲ त्रिवेदी फर्स्ट गवर्नर ਸੀਗੇ ਕਾਦੇ ਪੰਜਾਬ ਦੇ ਠੀਕ ਹੈ ਜੀ ਫਸਟ ਗਵਰਨਰ ਸੀਗੇ ਪੰਜਾਬ ਦੇ ਆਰਟੀਕਲ ਆਰਟੀਕਲ 153 ਆਰਟੀਕਲ 153 ਗਵਰਨਰ ਠੀਕ ਹੈ ਜੀ ਗਵਰਨਰ ਸਾਰੇ ਗਵਰਨਰ ਦਾ ਆਰਟੀਕਲ ਆ ਇਹ ਕਲੇ ਪੰਜਾਬ ਦੇ ਨਹੀਂ ਸਾਰੇ ਗਵਰਨਰ ਪਕਟ ਚੰਦੂ لال ਵਾਧਵ ਲਾਲ त्रिवेदी ਵਰਤਮਾਨ ਤਾਂ ਵਰਤਮਾਨ ਵੀ ਆਪਾਂ ਇੱਥੇ ਲਿਖ ਦਿੰਨੇ ਆ ਬਨਵਾਰੀ لال ਪ੍ਰੋਹਿਤ ਠੀਕ ਹੈ ਜੀ ਔਰ ਕਿੰਵੇਂ ਨੰਬਰ ਦੇ ਹੈ ਇਹ ਤਾਂ 29 ਇਹ 29ਵੇਂ ਨੰਬਰ ਦੇ ਹੈਗੇ ਆ 29th ਨੰਬਰ ਦੇ ਹੈਗੇ ਆ ਠੀਕ ਹੈ ਜੀ ਤਾਂ ਫਸਟ ਚੰਦੂ لال ਮਦਵਲਾਲ ਤ੍ਰिवेदी ਸੀਗੇ ਤੇ ਵਰਤਮਾਨ ਹੈਗੇ ਆ ਜੀ ਬਨਵਾਰੀ لال ਪ੍ਰੋਹਿਤ 29ਵੇਂ ਨੰਬਰ ਦੇ ਗਵਰਨਰ ਹੈਗੇ ਆ ਇਹ ਪੰਜਾਬ ਦੇ ਕਲੀਅਰ ਹੈ ਜੀ ਚਲੋ ਜੀ ਲਾਸਟ ਕੁਐਸਚਨ ਵੱਲੀ ਵਧਦੇ ਆ ਹਾਂਜੀ ਇੱਕ ਗੁਰੀ ਜੀ ਦਾ ਆਊਟ ਸੀਗਾ ਉਹ ਕਲੀਅਰ ਕਰ ਦਿੰਨੇ ਆ ਚਲੋ ਲਾਸਟ ਤੇ ਕਰਾਂਗੇ ਲਾਸਟ ਕੁਐਸਚਨ ਹੈ ਜੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਮਾਲਵੇ ਦੇ ਜਾਟੋ ਤਾਂ ਦੇਖ ਹੀ ਰਿਹਾ ਜੀ ਨੈਕਸਟ ਇਅਰ ਹੀ ਆਊਗਾ ਪਰ ਨੈਕਸਟ ਇਅਰ ਚ ਕਿਹੜਾ ਗੋਡੇ ਰਹਿ ਗਿਆ ਆ ਗਿਆ ਉਹ ਵੀ অপশন এ একদম ਸਹੀ ਹੈ ਸਾਰੇ ਬੱਚਿਆਂ ਦਾ ਪਿੰਕੀ ਕੌਰ 스 timerजीत अमन शर्मा ਬਿਲਕੁਲ ਸਹੀ ਹੈ ਇਹ ਰਾਈਟ ਵੇ ਹੈ ਸਟਡੀ ਕਰਨ ਦਾ ਜਦੋਂ ਸਾਨੂੰ ਇੱਕ ਚੀਜ਼ ਯਾਦ ਆਉਂਦੀ ਹੈ ਉਹਦੇ ਨਾਲ ਦੀਆਂ ਚਾਰ ਚੀਜ਼ਾਂ ਆਪੇ ਯਾਦ ਆ ਜਾਂਦੀ ਹੈ ਵੈਰੀ ਗੁੱਡ ਬੱਚੇ अमन शर्मा ਪਿੰਕੀ ਮੁਸਕਾਨ স্টার ਬਿਲਕੁਲ ਸਹੀ ਹੈ ਬੱਚੇ অপਸ਼ਨ এ ਗੋਪੀ ਚੰਦ ਭਾਰਗ ਠੀਕ ਹੈ ਜੀ ਗੋਪੀ ਚੰਦ ਭਾਰਗ ਆਰਟੀਕਲ ਇੰਟੈਲੀਜੈਂਟ ਆ ਸਾਰੇ ਬੱਚੇ ਆਪਣੀ ਕਲਾਸ ਦੇ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਇਹਨੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ ਹਨ ਹਨਾ ਆਰਟੀਕਲ 164 ਫਰਸਟ ਕੌਣ ਸੀ ਤਾਂ ਫਰਸਟ ਆਪਾਂ ਨੂੰ ਲਿਖਣ ਦੀ ਲੋੜ ਨਹੀਂ ਫਰਸਟ ਆਪਾਂ ਸਿੱਧਾ ਇੱਧਰ ਤੀਰ ਇੱਧਰ ਨੂੰ ਮੋੜ ਦੇਣਾ ਗੋਪੀ ਚੰਦ ਭਾਰਗਵ ਠੀਕ ਹੈ ਜੀ ਵਰਤਮਾਨ ਸਾਰਿਆਂ ਨੂੰ ਪਤਾ ਹੀ ਹੈ ਵਰਤਮਾਨ ਤਾਂ ਪਤਾ ਹੀ ਹੈ ਭਗਵੰਤ ਮਾਨ ਕਿੰਵੇਂ ਨੰਬਰ ਦੇ ਆ ਇਹ 17ਵੇਂ ਨੰਬਰ ਦੇ ਆ 12 ਨੰਬਰ দিয়া ਹੈ ਵਰਤਮਾਨ ਹੈ ਜਿਹੜੇ ਠੀਕ ਹੈ ਜੀ ਇੱਕ ਗੱਲ ਹੋਰ ਨੋਟ ਕਰਨੀ ਹੈ ਪਹਿਲੀ ਮਹਿਲਾ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਕਲੀਅਰ ਹੈ ਜੀ ਬਿਲਕੁਲ ਰਜਿੰਦਰ ਕੌਰ ਪੱਠਲ ਨਵਜੋਤ ਸਿੰਘ ਜੀ ਰਜਿੰਦਰ ਤੇਜਿੰਦਰ ਮੈਂ ਵੀ ਲਾਇਆ ਕਰਨਗੇ ਠੀਕ ਹੈ ਜੀਓਗ੍ਰਾਫੀ ਦੀ ਕਲਾਸ ਚਲੋ ਜੀ ਤਾਂ ਆਰਟੀਕਲ ਨਾਲ ਨਾਲ ਯਾਦ ਰੱਖਣੇ ਆ ਹਰੇਕ ਕੋਸ਼ਨ ਦਾ ਆਰਟੀਕਲ ਮੈਂ ਤੁਹਾਨੂੰ ਦੱਸਿਆ ਮੁੱਖ ਮੰਤਰੀ ਦਾ ਆਰਟੀਕਲ 164 ਹੋ ਜਾਏਗਾ ਫਸਟ ਗੋਪੀ ਜਦ ਭਾਰਗਵ ਸੀ ਵਰਤਮਾਨ ਭਗਵੰਤ ਮਾਨ ਹੈ ਕਿੰਵੇਂ ਨੰਬਰ ਦੇ ਹੈ 7ਵੇਂ ਨੰਬਰ ਦੇ ਹੈ ਤੇ ਪਹਿਲੀ ਮਹਿਲਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਸੀ ਠੀਕ ਹੈ ਹਾਂਜੀ ਗੁਰਜੀ ਜੀ ਦਾ ਡਾਊਟ ਹੈ ਜੀ ਗੁਰਜੀ ਜੀ ਆਓ ਬਈ ਕਲਾਸ 'ਚ ਤੇ ਤੁਹਾਡਾ ਡਾਊਟ ਕਲੀਅਰ ਕਰੀਏ ਸੀ ਜੀ ਆਈ ਐਂਡ ਸੀ ਜੇ ਇਹਦੇ 'ਚ ਅੰਤਰ ਦੱਸਣਾ ਸੀ ਇਹ ਹੀ ਕੁਐਸਚਨ ਸੀ ਨਾ ਤੁਹਾਡਾ ਸੀ ਜੀ ਆਈ ਦੀ ਜਦੋਂ ਗੱਲ ਆਊਗੀ ਉਦੋਂ ਗੱਲ ਆਊਗੀ ਸੁਪਰੀਮ ਕੋਰਟ ਦੀ ਚੀਫ ਜਸਟਿਸ ਆਫ ਇੰਡੀਆ ਔਰ ਸੁਪਰੀਮ ਕੋਰਟ ਇੰਡੀਆ ਦੀ ਹੈ ਕਿਸੇ ਸਟੇਟ ਦੀ ਨਹੀਂ ਠੀਕ ਹੈ ਚੀਫ ਜਸਟਿਸ ਆਫ ਇੰਡੀਆ ਬਟ ਜਦੋਂ ਹਾਈ ਕੋਰਟ ਦੇ ਮੁੱਖ ਜੱਜ ਦੀ ਗੱਲ ਆਊਗੀ ਉਦੋਂ ਚੀਫ ਜਸਟਿਸ ਆਊਗਾ ਕੱਲਾ ਮਗਰ ਇੰਡੀਆ ਨਹੀਂ ਲੱਗੂਗਾ ਕਿਉਂਕਿ ਉਹ ਇੱਕ ਸਟੇਟ ਦਾ ਇੱਕ ਹਾਈ ਕੋਰਟ ਦਾ ਮੁਖ ਜੱਜ ਆ ਠੀਕ ਐ ਤਾਂ ਸੁਪਰੀਮ ਕੋਰਟ ਦਾ ਮੁਖ ਜੱਜ ਸੀ ਜੀ ਆਈ ਚੀਫ ਜਸਟਿਸ ਆਫ ਇੰਡੀਆ ਹਾਈ ਕੋਰਟ ਦਾ ਮੁਖ ਜੱਜ ਸੀ ਜੀ ਚੀਫ ਜਸਟਿਸ ਕਲੀਅਰ ਹੈ ਜੀ ਤਾਂ ਇਹਨਾਂ ਦੋਨਾਂ 'ਚ ਡਿਫਰੈਂਸ ਹੈਗਾ ਫਾਤਿਮਾ ਬੀਬੀ ਮੈਂ ਤੁਹਾਨੂੰ ਦੱਸ ਚੁੱਕੀ ਆ ਉਹ ਪਹਿਲੀ ਜੱਜ ਸੀਗੀ ਸੁਪਰੀਮ ਕੋਰਟ ਦੀ ਸੀ ਜੀ ਆਈ ਨਹੀਂ ਸੀਗੀ 11 ਸਹੀ ਐ ਠੀਕ ਐ ਫਿਰ ਤਾਂ ਜਗਸੀਰ ਸਿੰਘ 12 ਚੋਂ 12 ਚਲੋ ਜੀ ਕਲਾਸ ਨੂੰ ਵੱੱਟ ਵੱੱਟ ਸ਼ੇਅਰ ਕਰ ਦੇਣਾ ਠੀਕ ਹੈ ਅੱਜ ਦੀ ਕਲਾਸ ਆਪਣੀ ਬਹੁਤ ਇੰਪੋਰਟੈਂਟ ਸਿਗੀ ਸਾਰੇ ਬੱਚਿਆਂ ਨੇ ਤੇ ਲਾਈਕ ਵੀ ਕਰਕੇ ਰਹਿਣਾ ਸਾਰਿਆਂ ਨੇ ਕਲੀਅਰ ਹੈ ਜੀ ਚਲੋ ਜੀ ਮਿਲਦੇ ਹਾਂ ਕੱਲ ਫਿਰ ਠੀਕ ਹੈ ਐਂਡ ਕਰਦੇ ਹਾਂ ਕਲਾਸ ਨੂੰ ਤੇ ਹੋਰ ਨਵੇਂ-ਨਵੇਂ ਟੌਪਿਕ ਤੁਹਾਡੇ ਵਾਸਤੇ ਇਦਾਂ ਹੀ ਲੈ ਕੇ ਆਉਂਦੇ ਰਹਾਂਗੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰ ਦੇਣਾ ਵੀ ਕਿਹੜਾ ਹੋਰ ਟੌਪਿਕ ਦੀ ਕਲਾਸ ਤੁਹਾਨੂੰ ਚਾਹੀਦੀ ਹੈਗੀ ਹੈ ਫਿਰ ਆਪਾਂ ਉਸੇ ਤੇ ਹੀ ਕਲਾਸ ਲੈ ਆਵਾਂਗੇ ਠੀਕ ਹੈ Thank you so much, Ji. Okay, bye bye.